ਅੱਜ ਲਾ ਲਿਆ ਆਪਾਂ ਆਪਣੇ ਡਾਕਟਰ ਨੂੰ ਵੀ ਕੰਮ ਤੇ ਦੇ ਹੀ ਜਾਂਦਾ ਛੱਟਾ ਚੱਲ ਚੱਲ ਅਸੀਂ ਸਿੱਖੇਗਾ ਚਲੋ ਦੋਸਤੋ ਅੱਜ ਆਪਾਂ ਪਨੀਰੀ ਬੀਜ ਰਹੇ ਹਾਂ 11 ਤਰੀਕ ਹੋ ਗਈ ਆ ਤੇ ਥੱਲੇ ਆਪਾਂ ਪਹਿਲਾ ਸਮਾਨ ਕੀ ਪਾਇਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਹੁਣ ਤੁਹਾਨੂੰ ਆਹ ਝੁੰਨਾ ਤਾਂ ਦੇਸੀ ਜਾਂਦਾ ਹੋਊਗਾ ਇਹਦਾ ਛੱਟਾ ਤਾਂ ਆਪਾਂ ਦੇ ਦਿੱਤਾ ਇੱਕ ਵਾਰ ਛੱਟਾ ਹੋਰ ਦੇਵਾਂਗੇ ਕਿੰਨਾ ਬੀ ਪਾਵਾਂਗੇ ਉਹ ਵੀ ਦੱਸਾਂਗੇ ਮਰਲੇ ਦਾ ਆ ਤਾਂ ਹੈਗੀ ਜਰੂਰੀ ਆ ਤੇ ਇਹਦੇ ਨਾਲ ਡੀਏਪੀਰ ਮੈਨੂੰ ਨਹੀਂ ਥਿਆਉਂਦੀ ਨਹੀਂ ਡੀਏਪੀ ਕਿੱਧਰ ਗਈ ਮਨਪ੍ਰਧਕਾ ਸਿੱਟੀ ਨਹੀਂ ਬਈ ਹੈ ਸਿੱਟੀ ਹੈ ਸਿੱਟੀ ਪਾਸੇ ਹੋ ਜਾ ਡੀਏਪੀ ਨਹੀਂ ਥਿਆਉਂਦੀ ਯਾਰ ਮੈਨੂੰ ਚਲੋ ਡੀਏਪੀ ਪਾਈ ਆਪਾਂ 3 ਕਿਲੋਗ੍ਰਾਮ ਨਾਲ ਦੀ ਕਿਉਂਕਿ ਜਿਹੜੀ ਡੀਏਪੀ ਹੈ ਨਾ ਉਹ ਘੱਟ ਹੀ ਪੈਂਦੀ ਹੈ 3-4 ਕਿਲੋਗ੍ਰਾਮ ਨਾਲ ਦੀ ਡੀਏਪੀ ਕਰ ਲਓ ਤੇ 3 ਕਿਲੋਗ੍ਰਾਮ ਨਾਲ ਦੀ ਪੈਂਦੀ ਹੁੰਦੀ ਹੈ ਜੂਰੀਆ ਜੇਕਰ ਪਾਉਣੀਆਂ ਪਾਉ ਨਹੀਂ ਪਉਣੀਆਂ ਨਾ ਪਾਉ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹੁੰਦੀ ਤਾਨੂੰ ਖਾਦ ਦਾ ਪਤਾ ਲੱਗ ਗਿਆ ਪਰ ਕੀ ਕੁਝ ਪਤਾ ਜੇਕਰ ਤੁਸੀਂ ਸੁਪਰ ਪਾ ਰਹੇ ਹੋ ਤਾਂ 10 ਕਿਲੋ ਕਨਾਲ ਦੀ ਪਾਉਗੀ ਜੇਕਰ ਡੀਪੀ ਨਹੀਂ ਪਾਉਣੀ ਤੇ ਜ਼ਿੰਕ ਆਪਾਂ ਹੁਣ ਪਾਉਂਦੇ ਨਹੀਂ ਉਹ ਕਿਉਂ ਨਹੀਂ ਪਾਉਂਦੇ ਉਹ ਅਗਲੀਆਂ ਵੀਡੀਓ ਚ ਆ ਕੇ ਦੱਸਾਂਗੇ ਡੀਪੀ ਆਪਨੀ ਸੌਰੀ ਜ਼ਿੰਕ ਆਪਾਂ ਬਾਅਦ ਵਿੱਚ ਦੱਸਾਂਗੇ ਕਿਉਂ ਨਹੀਂ ਪਾਉਂਦੇ ਤੇ ਕਿੰਨੀ ਪਾਉਣੀ ਹੈ ਮਰਲੇ ਦੀ ਜਾਂ ਕਨਾਲ ਦੀ ਉਹ ਵੀ ਤੁਹਾਨੂੰ ਦੱਸਾਂਗੇ ਪਾਵਾਂਗੇ ਜਰੂਰ ਜ਼ਿੰਕ ਪਰ ਹਜੇ ਨਹੀਂ ਪਾਉਂਦੇ ਮਨ ਪਿੰਨੇ ਫੇਰ ਬਾਲਟੀ ਭਰ ਲਈ ਛਿੱਟਾ ਫਿਰਦੇ ਜੀ ਜਾਂਦਾ ਤਾਂ ਦੋਸਤੋ ਆਪਾਂ ਨਾ ਇੱਕ ਮਰਲੇ ਦਾ 2.5 ਕਿਲੋ ਵੀ ਪਾਵਾਂਗੇ ਵੈਸੇ 3 ਕਿਲੋ ਵੀ ਪਾ ਸਕਦੇ ਆ ਪਰ ਮੈਨੂੰ ਲੱਗਦਾ ਵੀ 2.5 ਕਿਲੋ ਬਹੁਤ ਆ ਯਾਰ ਵਧੀਆ ਪਨੀਰੀ ਬਣ ਜਾਂਦੀ ਆ ਬਾਲੀ ਸੰਗਣੀ ਵੀ ਨਹੀਂ ਹੁੰਦੀ ਬਰਲੀ ਵੀ ਨਹੀਂ ਹੁੰਦੀ ਤੇ ਫੱਟੀ ਵਧੀਆ ਬਣਦੀ ਆ ਤਾਂ ਕਰਕੇ 2.5 ਕਿਲੋ ਮਰਲੇ ਦਾ ਵੀ ਪਾਉਨੇ ਆ ਜਿਹੜੇ ਵੀ ਕਿਸਾਨ ਵੀ ਆਪਣੇ ਬਾਸਮਤੀ ਲਾਉਂਦੇ ਆ ਨਾ ਚਾਹੇ ਮੁੱਛੋ ਲਾਉਂਦੇ ਆ ਉਹ 1.5 ਤੋਂ 2 ਕਿਲੋ ਵੀ ਪਾਉਣ ਮਰਲੇ ਦਾ 2 ਕਿਲੋ ਵੀ ਬਹੁਤ ਆ ਹੁਣ ਮਰਲੇ ਦਾ ਵੀ ਕਿੰਨਾ ਪਾਇਆ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਰੇਹ ਕਿਹੜੀ ਪਾਈ ਆ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਕਿਹੜੀਆਂ ਆਪਾਂ ਪਹਿਲਾਂ ਬਣਾਈ ਦਿੱਤੀਆਂ ਸੀਆਂ ਹੁਣ ਦੋਸਤੋ ਕਈ ਕਿਸਾਨ ਵੀ ਪੁੱਛਦੇ ਆ ਯਾਰ ਅਸੀਂ ਨਾ ਰੂੜੀ ਪਾਜੇ ਕਿ ਨਾ ਜੇਕਰ ਤੁਸੀਂ ਰੂੜੀ ਪਾਉਣੀ ਆ ਨਾ ਗਲੀ ਸੜੀ ਪਾਓ ਕਿਉਂਕਿ ਜੇਕਰ ਗਲੀ ਸੜੀ ਨਹੀਂ ਪਾਉਂਦੇ ਫਿਰ ਆਪਣਾ ਕੰਮ ਹੋ ਜਾਣਾ ਖਰਾਬ ਫਿਰ ਜਿਵੇਂ ਤੁਸੀਂ ਇਹ ਫੋਟੋ ਦੇਖ ਰਹੇ ਹੋ ਨਾ ਬਿਲਕੁਲ ਇਸੇ ਤਰ੍ਹਾਂ ਪੀਲੀ ਹੋ ਜਾਣੀ ਹੈ ਇਸ ਲਈ ਗਲੀ ਸੜੀ ਪਾਓ ਰੂੜੀ ਬਾਕੀ ਆਪਾਂ ਝੋਨਾ ਕਿਹੜਾ ਲਾ ਰਹੇ ਆ ਉਹ ਵੀ ਤੁਹਾਨੂੰ ਦੱਸ ਦਿੰਨਾ ਝੋਨਾ ਆਪਾਂ ਲਾ ਰਹੇ ਆਗੇ ਜਿਹੜੀ ਤਾਂ ਆਹ ਛਿੱਟਾ ਦੇਈ ਜਾਂਦਾ ਮਨਪ੍ਰੀਤ ਇੱਧਰਲੇ ਪਾਸੇ ਇੱਧਰ ਤਾਂ ਆਪਾਂ ਲਾਵਾਂਗੇ ਪੀਲੀ ਪੂਸਾ ਤੇ ਜਿਹੜਾ ਆਪਣਾ ਆਹ ਵਾਲਾ ਥਾਂ ਗਾ ਇੱਧਰ ਆਪਾਂ ਲਾਵਾਂਗੇ ਪੂਸਾ 44 ਤਾਂ ਦੋਸਤੋ ਆਪਾਂ ਦੋ ਹੀ ਚੁੰਨੀ ਲਾਉਣੀ ਆ ਪੂਸਾ 44 ਤੇ ਪੀਲੀ ਪੂਸਾ ਬਾਕੀ ਸ਼ਾਮ ਦਾ ਵੇਲਾ ਹੁਣ ਬਸ ਇੱਧਰ ਮੁਕੰਮਲ ਕਰੀ ਦਿੱਤਾ ਮਨਪ੍ਰੀਤ ਨੇ ਤੇ ਆਹ ਦੇਖ ਲਓ ਇਸ ਤਰ੍ਹਾਂ ਛਿੱਟਾ ਆਇਆ ਹੈਗਾ ਤੇ ਦੋਸਤੋ ਹੁਣ ਦਿਓ ਇਜਾਜ਼ਤ ਆਪਾਂ ਨੂੰ ਕਿਉਂਕਿ ਹੁਣ ਮੈਂ ਵੀ ਛਿੱਟਾ ਦੇਣਾ ਹੈਗਾ ਤਾਂ ਫਿਰ ਮਿਲਦੇ ਆਂ